ਲੌਂਗੋਵਾਲੀਆ ਫੇਸਬੁੱਕ ਅਤੇ ਯੂਟਿਊਬ ਚੈਨਲ ਨਾਲ ਜੁੜੇ ਸਾਰੇ ਹੀ ਸਾਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਸਾਡੇ ਲੌਂਗੋਵਾਲੀਆ ਪੇਜ 'ਤੇ ਤੁਹਾਡਾ। ਦੋਸਤੋ, ਅੱਜ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਫਲੈਕਸ ਵਾਲ ਪੇਪਰ ਬਾਰੇ। ਆਪਾਂ ਦੁਲਟ ਫਲੈਕਸ ਵਾਲ ਪੇਪਰ 'ਤੇ ਜਿੱਥੇ ਫਲੈਕਸ ਬੋਰਡ ਬਣਾਉਂਦੇ ਹਾਂ ਉੱਥੇ ਹੀ ਘਰਾਂ ਦਾ ਕੰਮ ਵੀ ਕਰਦੇ ਹਾਂ ਫਲੈਕਸ ਵਾਲ ਪੇਪਰ ਦਾ। ਅਤੇ ਸਾਡਾ ਦਾਅਵਾ ਵੀ ਅਸੀਂ ਪੰਜਾਬ ਦੇ ਵਿੱਚੋਂ ਸਭ ਤੋਂ ਸਸਤੇ ਰੇਟ ਦੇ ਵਿੱਚ ਫਲੈਕਸ ਵਾਲ ਪੇਪਰ ਦੇ ਫਲੈਕਸ ਬੋਰਡ ਦਾ ਕੰਮ ਕਰਦੇ ਹਾਂ। ਆਓ ਦੇਖੋ, ਤੁਹਾਨੂੰ ਦਿਖਾਉਂਦੇ ਹਾਂ ਇੱਕ ਕੋਠੀ ਜਿਹੜੀ ਕਿ ਕੱਲ੍ਹ ਹੀ ਤਿਆਰ ਕੀਤੀ ਆ। ਦੱਸਿਓ ਕਿਵੇਂ ਲੱਗੀ ਕਮੈਂਟ ਕਰਕੇ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਉ ਤਾਂ ਜੋ ਜਿਹੜਾ ਵੀ ਕੋਈ ਵੀਰ ਭਾਈ ਆਪਣੇ ਘਰ ਦੇ ਵਿੱਚ ਫਲੈਕਸ ਵਾਲ ਪੇਪਰ ਦਾ ਕੰਮ ਕਰਵਾਉਣਾ ਚਾਹੁੰਦਾ ਗਾ ਉਹ ਸਾਡੇ ਨਾਲ ਸੰਪਰਕ ਕਰ ਸਕੇ ਅਤੇ ਉਹਨਾਂ ਦੇ ਪੈਸੇ ਦੀ ਬੱਚਤ ਹੋ ਸਕੇ। ਸੋ ਦੋਸਤੋ, ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਦੇਖੋ ਆਹ ਤਾਂ ਰਸੋਈ ਤਿਆਰ ਕੀਤੀ ਹੋਈ ਹੈ ਜੀ ਆਪਣੀ ਰਸੋਈ ਦੀ ਛੱਤ ਲੈਂਟਰ ਵਾਲੀ। ਦੱਸਿਓ ਕਿਵੇਂ ਲੱਗੀ ਤੁਹਾਨੂੰ ਇਹ। ਆਹ ਹੈਗਾ ਜੀ ਬੈਡਰੂਮ, ਕਮੈਂਟ ਕਰਕੇ ਜ਼ਰੂਰ ਦੱਸਿਓ ਕਿਵੇਂ ਲੱਗਿਆ। ਅਤੇ ਆਪਣੇ ਕੋਲ ਬਹੁਤ ਸਾਰੇ ਡਿਜ਼ਾਇਨ ਇੰਨੇ ਕਹਿੰਦੇ ਕਿ ਬੰਦਾ ਦੇਖ ਕੇ ਪਜਲਾ ਹੋ ਜਾਂਦਾ ਕੀ ਲਾਈਏ ਕੀ ਛੱਡੀਏ। ਇਹ ਛੱਤ ਆਈ ਦੇਖੋ ਬੈਡਰੂਮ ਦੀ, ਇਹ 2 ਨੰਬਰ ਬੈਡਰੂਮ ਆ ਜੀ। ਇਹਦੀ ਵੀ ਛੱਤ ਦੇਖੋ ਕਿਵੇਂ ਲੱਗੀ ਤੁਹਾਨੂੰ। ਆਹ ਮਾਰਬਲ ਟਾਈਪ ਫਲੈਕਸ ਵਾਲਪੇਪਰ ਆ, ਡਿਜ਼ਾਇਨ ਆਪਣੇ ਕੋਲ ਇੱਕ ਤੋਂ ਇੱਕ ਨੇ। ਜਿੱਦਾਂ ਦਾ ਵੀ ਤੁਸੀਂ ਚਾਹੋਗੇ ਉੱਦਾਂ ਦਾ ਹੀ ਬਣ ਜਾਊਗਾ। ਇਹਦੇ ਬਾਰੇ ਵੀ ਦੱਸੋ ਸਾਨੂੰ ਕਿਵੇਂ ਲੱਗਿਆ ਤੁਹਾਨੂੰ ਇਹ ਕਮਰਾ। ਇਹ ਪੂਜਾ ਰੂਮ ਆ ਜੀ, ਇਸ ਬਾਰੇ ਵੀ ਦੱਸਿਓ ਸਾਨੂੰ, ਜ਼ਰੂਰ ਜਾਣਕਾਰੀ ਦਿਓ ਇਹ ਕਿਵੇਂ ਲੱਗਿਆ ਤੁਹਾਨੂੰ। ਦੋਸਤੋ, ਦਾਅਵਾ ਸਾਡਾ ਵੀ ਅਸੀਂ ਸਭ ਤੋਂ ਸਸਤਾ ਕੰਮ ਕਰਦੇ ਹਾਂਗੇ ਅਤੇ ਤਸੱਲੀ ਬਖਸ਼ ਕਰਦੇ ਹਾਂ। ਇਹ ਆ ਜੀ 3 ਨੰਬਰ ਬੈਡਰੂਮ, ਇਹਦੀ ਇਹ ਛੱਤ ਆ ਜੀ ਬੈੱਡ ਦੀ। ਇਸ ਰੂਮ ਦਾ ਜੇ ਤੁਸੀਂ ਪਹਿਲਾਂ ਹਾਲ ਦੇਖਦੇ ਤਾਂ ਤੁਸੀਂ ਖੁਦ ਹੈਰਾਨ ਹੋ ਜਾਓਗੇ ਵੀ ਇੰਨਾ ਸੋਹਣਾ ਬਣਾਤਾ। ਉਹ ਭੁੱਲ ਗਏ ਸੀ ਪਹਿਲਾਂ ਵਾਲੀ ਵੀਡੀਓ ਬਣਾਉਣੀ, ਇਹ ਗਲਤੀ ਜ਼ਰੂਰ ਹੋ ਗਈ ਸਾਡੀ। ਇਹ ਦੇਖੋ ਜੀ, ਹੁਣ ਤੁਹਾਨੂੰ ਦਿਖਾਉਣੇ ਆ ਗੈਸਟ ਰੂਮ। ਲੌਬੀ ਪਹਿਲਾਂ ਦਿਖਾ ਚੁੱਕੇ ਹਾਂ ਜੀ। ਇਹ ਆ ਜੀ ਗੈਸਟ ਰੂਮ, ਇਹਦੀ ਵੀ ਦੇਖੋ ਕਿਵੇਂ ਲੱਗਿਆ ਤੁਹਾਨੂੰ। ਇਹ ਮੇਨ ਵਾਲ ਆ, ਬਾਕੀ ਆ ਛੱਤ ਆ ਜੀ। ਦੋਸਤੋ, ਬੇਨਤੀ ਆ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਸਾਡਾ ਕੰਮ ਕਿਵੇਂ ਲੱਗਿਆ ਤਾਂ ਜੋ ਸਾਨੂੰ ਹੋਰ ਉਤਸ਼ਾਹ ਮਿਲ ਸਕੇ ਅਤੇ ਅਸੀਂ ਹੋਰ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰੀਏ। ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਉ ਤਾਂ ਜੋ ਜਿਨ੍ਹਾਂ ਵੀਰ ਭੈਣਾਂ ਨੇ ਕੰਮ ਕਰਵਾਉਣਾ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ। ਧੰਨਵਾਦ ਜੀ।